ਸਜਣਾ ਕੁੱਝ ਤੇ ਲੱਗ ਗਿਆ ਗੰਡਾ ਸਾਡੀਆਂ ਵਾਦੀਆਂ ਸਜਣਾ ਕੁੱਝ ਤੇ ਲੱਗ ਗਿਆ ਗੰਡਾ ਸਾਡੀਆਂ ਵਾਦੀਆਂ ਇੱਕ ਦੂਜੇ ਨੂੰ ਜੀਤੇ ਨਾ ਲਏ ਰਲ ਸਾਥੀ ਈਦ ਮਨਾਈਏ ਵੈਰ ਦੇ ਮੂਹ ਨੂੰ ਬੰਦ ਕਰਕੇ ਪਿਛਲੇ ਦੋਸਤੇ ਤੰਗ ਤੰਗ ਕਰਕੇ ਸੱਤੇ ਤੋੜ ਕੇ ਧਰਦੇ ਹਾਂ ਗੰਡਾ ਸਾਡੀਆਂ ਵਾਦੀਆਂ ਦੋਸਤੋ ਅਗਰ ਤੁਸੀਂ ਕਬੱਡੀ ਦੇ ਰੌਂਚਕ ਅਤੇ ਨਵੇਂ ਮੈਚਿਸ ਦੇਖਣਾ ਚਾਹੁੰਦੇ ਹੋ ਤਾਂ ਸਾਡਾ ਚੈਨਲ ਇੰਟਰਨੈਸ਼ਨਲ ਕਬੱਡੀ ਕਲੱਬ ਲਾਜ਼ਮੀ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈੱਲ ਵਾਲੇ ਆਈਕਨ ਨੂੰ ਦਬਾ ਦਿਉ ਤਾਂ ਕਿ ਜਦੋਂ ਵੀ ਕੋਈ ਨਵਾਂ ਮੈਚ ਆਵੇ ਤਾਂ ਸਭ ਨਾਲੋਂ ਪਹਿਲੇ ਤੁਸੀਂ ਦੇਖ ਸਕੋ। ਸਦਕੇ ਜਾਵਾ
ਹਾਏ ਇਹ ਲੱਗੇ ਕਾ ਪਤਾ ਇੱਥੇ ਕਿੰਨਾ ਲੱਗਾ ਜੱਫਾ ਦੇ ਪੇੜ ਵਿੱਚ ਸ਼ੋਰ ਹੋਇਆ ਕਈ ਵਿੱਚ ਮਨਾ ਲੋਹੇ ਜਦੋਂ ਤਾਰਾ ਗੁੱਜਰ ਨੰਬਰ ਦਾ ਵਾਅਦਾ ਕਰਕੇ ਪਿਛਾ ਹਟਿਆ ਤਾਰਾ ਗੁੱਜਰ ਕਪਤਾਨੀ ਕਮਿਸ਼ਨਰ ਫੈਸਲਾਬਾਦ ਕੌਮੀ ਕਬੱਡੀ ਚੈਂਪੀਅਨਸ਼ਿਪ ਦਾ ਜੇ ਕੁਆਟਰ ਫਾਈਨਲ ਰਾਉਂਡ ਇੱਕ ਵਾਰਮ ਅਪ ਮੈਚ ਲੈਂਦਾ ਪੰਜਾਬ ਦਾ ਮੁਕਾਬਲਾ ਚੱਲਦਾ ਪੰਜਾਬ ਸਿਟੀ 41 ਦੇ ਪਿਆਰ ਦੇ ਸ਼ੁਕਰੀਆ ਅਦਾ ਕਰਦੇ ਸਦਕੇ ਕਪਤਾਨ ਇੰਡੀਆ ਦੀ ਟੀਮ ਦਾ ਨਾਲ ਹਰਜੀਤ ਪਿਰਕ ਮੇਰੇ ਮਿੱਤਰੋ ਨਾਲ ਅਵਤਾਰ
ਸਾਹਨੀ ਵਰਗੇ ਚਾਰ ਮੰਨੇ ਪ੍ਰਬੰਨੇ ਇਹਦਾ ਪਾਕਿਸਤਾਨ ਦੇ ਵਿੱਚ ਕੋਚਰਵਾਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਤੇ ਮੁੰਡਾ ਕਹਿੰਦੇ ਇੰਡੀਆ ਦੇ ਵਿੱਚ ਵੱਸਦਾ ਤੇ ਇੰਡੀਆ ਦਾ ਕਪਤਾਨ ਮੇਰੇ ਮਿੱਤਰੋ ਢਾ ਕੇ ਸਿੱਖ ਤੇ ਬੈਠਾ ਪਰ ਟੈਕਨੀਕਲ ਤੌਰ ਤੇ ਨੰਬਰ ਪਾਕਿਸਤਾਨ ਦੀ ਟੀਮ ਦਾ ਟੈਕਨੀਕਲ ਤੌਰ ਤੇ ਨੰਬਰ ਪਾਕਿਸਤਾਨ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਅਗਲੀ ਰੇਡ ਇਸ ਨੇ ਮੋਹਿਤ ਮੋਰ ਮਾਗਰੇ ਵਾਲ ਮੋਹਿਤ ਮੋਰ ਮਾਗਰੇ ਵਾਲ ਮੇਰੇ ਮਿੱਤਰ ਇਸ ਵੇ ਮੈਦਾਨ ਦੇ ਵਿੱਚ ਬੜੀ ਵਧੀਆ ਕਬੱਡੀ ਪਾ ਰਿਹਾ ਵਾਹ ਵੇ ਗੱਭਰੂਆ ਮੈਦਾਨ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ ਸ਼ੌਕ ਮਿੱਤਰਾਂ ਦਾ ਮੜਕਣ ਦੇ ਨਾਲ ਤੁਰਨਾ ਸ਼ੌਕ ਮਿੱਤਰਾਂ ਦਾ ਮੜਕਣ ਦੇ ਨਾਲ ਤੁਰਨਾ ਅੱਜ ਮੜਕਣ ਦੇ ਨਾਲ ਕਬੱਡੀਆਂ ਪੈ ਰਹੀਆਂ ਗੁਰਸੇਵ ਜੀ ਇਹ ਸਾਡੇ ਪੰਜਾਬ ਦੀ ਟੀਮ ਆ ਪਾਕਿਸਤਾਨ ਕੋਲ ਟੀਮ ਨਹੀਂ ਇਹ ਪੰਜਾਬ ਦੇ ਮੁਕਾਬਲਾ ਵਾ ਚੜਨਾ ਤੇ ਲਹਿੰਦਾ ਪੰਜਾਬ ਮੇਰੇ ਮਿੱਤਰੋ ਉਧਰ ਚੜਦੇ ਪੰਜਾਬ ਦਾ ਅਵਤਾਰ ਸਿੰਘ ਨਿੱਕਾ ਇਸ ਵੇ ਕਰਵਾਉਂਦਾ ਬੱਲੇ ਬੱਲੇ ਇਹ ਬੱਲੇ ਬੱਲੇ ਹੁੰਦੀ ਨਹੀਂ ਕਰਾਉਣੀ ਪੈਂਦੀ ਹੈ ਚੜਦੀ ਨਹੀਂ ਗੁੱਡੀ ਢਾਉਣੀ ਪੈਂਦੀ ਹੈ ਟਿਕਦੀ ਨਹੀਂ ਦੁਨੀਆਂ ਟਿਕਾਉਣੀ ਪੈਂਦੀ ਹੈ ਬੱਲੇ ਬੱਲੇ ਹੁੰਦੀ ਨਹੀਂ ਕਰਾਉਣੀ ਪੈਂਦੀ ਹੈ ਚੜਦੀ ਨਹੀਂ ਗੁੱਡੀ ਢਾਉਣੀ ਪੈਂਦੀ ਹੈ ਦੁਨੀਆਂ ਟਿਕਦੀ ਨਹੀਂ ਹੁੰਦੀ ਪੈਂਦੀ ਹੈ ਦੁਨੀਆ ਟਿੱਕੀ ਬੈਠੀ ਹੈ ਇਹ ਫੈਸਲਾਬਾਦ ਦੀ ਧਰਤੀ ਹੈ ਕਮਿਸ਼ਨਰ ਸਾਹਿਬ ਵੀ ਵਿਸ਼ੇਸ਼ ਤੌਰ ਤੇ ਆਏ ਹੈ 48ਵੀਂ ਨੈਸ਼ਨਲ ਚੈਂਪੀਅਨਸ਼ਿਪ 19 ਸਾਲਾਂ ਬਾਅਦ ਰੌਣਕਾਂ ਲੱਗੀਆਂ 19 ਸਾਲਾਂ ਬਾਅਦ ਰੌਣਕਾਂ ਲੱਗੀਆਂ ਗੁਰਦੀਪ ਸਿੰਘ ਜੀ ਦੀਪਕ ਕਰਾਰੀ ਸਾਡੇ ਵੱਡੇ ਭਾਜੀ ਜੋ ਵਿਸ਼ੇਸ਼ ਤੌਰ ਤੇ ਟੀਮ ਲੈ ਕੇ ਆਏ ਹੈ ਲਓ ਸਕੈਂਡੋ ਦਾ ਲੱਗਦਾ ਜਫਾ ਤੇ ਕੁਲਦੀਪ ਕੰਨੜੀ ਮੇਰੇ ਮਿੱਤਰੋ ਇਸ ਵੇ ਮੈਦਾਨ ਦੇ ਵਿੱਚ ਟੱਕਿਆ ਗਿਆ ਇਹ ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਹੈ ਜਿਹੜਾ ਖੰਘਿਆ ਮਾੜਾ ਜਿਹਾ ਬਸ ਤੰਗ ਦੇਣਗੇ ਜਿਹੜਾ ਖੰਘਿਆ ਮਾੜਾ ਜਿਹਾ ਬਸ ਤੰਗ ਦੇਣਗੇ ਮੁੰਡੇ ਜੱਟਾਂ ਦੇ ਜਵਾਨੀ ਹੁਣੇ ਹੁਣੇ ਆਈ ਹੈ ਬਲਜੀਤ ਸਿੰਘ ਜੀ ਖੰਡ ਗੁਰਦੀਪ ਸਿੰਘ ਜੀ ਬਿੱਟੀ ਘੱਗਾ ਜੋ ਬਤੌਰ ਮੈਨੇਜਰ ਇਸ ਟੀਮ ਦੇ ਨਾਲ ਆਏ ਹੈ ਜਿੱਥੇ ਸਾਡੇ ਵੀਰ ਸ਼ੇਰਾ ਸਿੰਘ ਜੀ ਕਿੰਨੇ ਪੈਣੀ ਪਟਿਆਲਾ ਲਓ ਮੇਰੇ ਮਿੱਤਰੋ ਪਹਿਲੀ ਪੱਕ ਇਸ ਵੇ ਪੰਜਾਬ ਵਾਲੇ ਖਿਡਾਰੀ ਦੀ ਰੇਡ ਤੇ ਸੱਜਣ ਗੰਗੋਲੀ ਚੜ੍ਹਦੇ ਪੰਜਾਬ ਵਾਲਾ ਮੁਕਾਬਲਾ ਕਰਦਾ ਹੋਇਆ ਖੱਬੇ ਸੱਜੇ ਉੱਤੇ ਥੱਲੇ ਕਰਵਾਉਂਦਾ ਬੱਲੇ ਬੱਲੇ ਤੇ ਇਸ ਵੇ ਨੰਬਰ ਜਿਹੜਾ ਲਹਿੰਦੇ ਪੰਜਾਬ ਦੀ ਟੀਮ ਦੇ ਹਿੱਸੇ ਹੈ ਇਸ ਵੇ ਨੰਬਰ ਜਿਹੜਾ ਧਾਮੀ ਦੇ ਵੀ ਜਾਂਦੇ ਹੈ ਬੜਾ ਚੋਟੀ ਨਾਲ ਮੈਚ ਖੇਡਿਆ ਜਾ ਰਿਹਾ ਹੈ ਲਓ ਫਿਰ ਇਸ ਵੇ ਕਬੱਡੀ ਪਾਉਣ ਦੇ ਲਈ ਨਰੇਸ਼ ਗੰਗੋਲੀ ਵਾਲਾ ਨਰੇਸ਼ ਜੀਂਦ ਵਾਲਾ ਮੇਰੇ ਮਿੱਤਰੋ ਚੜ੍ਹਦੇ ਪੰਜਾਬ ਦੀ ਟੀਮ ਦੇ ਲਈ ਵਧਿਆ ਹੋਇਆ ਅੱਗੇ ਵੱਲ ਬਲਾਲ ਫਿਰ ਮੁਕਾਬਲਾ ਕਰਦਾ ਹੋਇਆ ਨਰੇਸ਼ ਭੱਜਿਆ ਜਾ ਰਿਹਾ ਤੇ ਜਾਂਦਾ ਹੋਇਆ ਬੋਲ ਗਿਆ ਵੀ ਬਲਾਲ ਸਿਆ ਉਹ ਐਤਵਾਰ ਹਫ਼ਤੇ 'ਚ ਇੱਕ ਵਾਰੀ ਆਉਂਦਾ ਉਹ ਪਾ ਚੁੱਕਿਆ ਹੁਣ ਆਉਣਾ ਬੜਾ ਔਖਾ ਸੰਡੇ ਇਜ਼ ਨਾਟ ਐਵਰੀ ਡੇ ਲਓ ਮੇਰੇ ਮਿੱਤਰੋ ਪਹਿਲੀ ਰੇਡ ਹਰਜੀਤ ਦੱਤਾਰ ਵਰਗੇ ਸੱਜਣ ਗੰਗੋਲੀ ਵਰਗੇ ਚਾਰ ਕਹਿੰਦੇ ਮੰਨੇ ਪ੍ਰਮੰਨੇ ਅੰਗਰੇਜ਼ ਸਿੰਘ ਗਾਂਧੀ ਇਸ ਵੇ ਫਿਰ ਮੁਕਾਬਲਾ ਕਰਦਾ ਹੋਇਆ ਔਰ ਨੰਬਰ ਕਹਿੰਦੇ ਚੜ੍ਹਦੇ ਪੰਜਾਬ ਵਾਲੇ ਖਿਡਾਰੀਆਂ ਨੇ ਜੋੜ ਦਿੱਤਾ ਹੈ ਇਹ ਸਾਡੇ ਦਾਦੇ ਪੜਦਾਦਿਆਂ ਦੀ ਸਾਂਝ ਸੀ ਪੁਰਾਣੀ ਵਾਗੇ ਵਾਲੀ ਸਾਡੇ ਤੇ ਲਕੀਰ ਦਿੱਤੀ ਖਿੱਚ ਸੀ ਧਰਮ ਤੇ ਸਿਆਸਤ ਦੀ ਚੱਲ ਦੀ ਲੜਾਈ ਨੇ ਫੇਰ ਕਹਿੰਦੇ ਸਿੱਖ ਨੇ ਬਣਾਏ ਸਾਡੇ ਪਿੱਤ ਸੀ ਇੱਧਰ ਚੱਲ ਤਾਰਾ ਤੇ ਉੱਧਰ ਤਿਰੰਗਾ ਪਹਿਲਾਂ ਸਾਡੇ ਝੰਡੇ ਦਾ ਨਿਸ਼ਾਨ ਹੁੰਦਾ ਇੱਕ ਸੀ ਇਹ ਕਬੱਡੀ ਹਿੰਦ ਪਾਕ ਦੀ ਮਸ਼ਹੂਰ ਭਜਾਉਣ ਵਾਲਿਆ ਹਰਜੀਤ ਬਰਾੜ ਤੇ ਅਮੀਰ ਜੱਟ ਜੰਮਣ ਇਹਨਾਂ ਨਿੱਤ ਦੀ ਕਬੱਡੀ ਹਿੰਦ ਪਾਕ ਦੀ ਮਸ਼ਹੂਰ ਭਜਾਉਣ ਵਾਲਿਆ ਹਰਜੀਤ ਬਰਾੜ ਤੇ ਅਮੀਰ ਜੱਟ ਜੰਮਣ ਇਹਨਾਂ ਨਿੱਤ ਦੀ ਲਓ ਮੇਰੇ ਮਿੱਤਰੋ ਪਹਿਲੀ ਰੇਡ ਕਲਾਣੀ ਸਾਹਿਬ ਵੀ ਗਰਾਊਂਡ ਦੇ ਵਿੱਚ ਆਏ ਹੈ ਜਿਨ੍ਹਾਂ ਦੀ ਚੜ੍ਹਤ ਕਹਿੰਦੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਰਹੀ ਹੈ ਪੰਜਾਬੀ ਬੋਲੀ ਦੀ ਬੜੀ ਵੱਡੀ ਸੇਵਾ ਕਰਦੇ ਹੈ ਲਓ ਮੇਰੇ ਮਿੱਤਰੋ ਚਾਰ ਮੰਨੇ ਪ੍ਰਮੰਨੇ ਜਾਫੀ ਇਸ ਵੇ ਮੁਕਾਬਲਾ ਕਰਦੇ ਹੋਏ ਪਹਿਲੀ ਰੇਡ ਲਹਿੰਦੇ ਪੰਜਾਬ ਵਾਲੇ ਖਿਡਾਰੀ ਦੀ ਅੰਗਰੇਜ਼ ਸਿੰਘ ਗਾਂਧੀ ਇਸ ਵੇ ਫਿਰ ਕੋਸ਼ਿਸ਼ ਕਰਦਾ ਹੋਇਆ ਡਬਲ ਟੱਚ ਦਾ ਫੈਸਲਾ ਇਹ ਪਹਿਣਗੇ ਭੰਗੜੇ ਤੇ ਢੋਲ ਅੱਜ ਵੱਜੂਗਾ ਮਿਰਗੇ ਦੀ ਪੱਕੀ ਵਾਂਗੂ ਕੌਣ ਅੱਜ ਵੱਜੂਗਾ ਪਹਿਣਗੇ ਭੰਗੜੇ ਤੇ ਢੋਲ ਅੱਜ ਵੱਜੂਗਾ ਮਿਰਗੇ ਦੀ ਪੱਕੀ ਵਾਂਗੂ ਕੌਣ ਅੱਜ ਵੱਜੂਗਾ ਸੰਦੀਪ ਸਿੰਘ ਰਿੰਕੂ ਮੇਰੇ ਮਿੱਤਰੋ ਇਹਦਾ ਪੰਜਾਬ ਦੇ ਵਿੱਚ ਉਹ ਪਿੰਡ ਹੈ ਜਿੱਥੋਂ ਦੇ ਪਿੱਟੂ ਨੂੰ ਦੁਨੀਆ ਬੜਾ ਪਿਆਰ ਕਰਦੀ ਹੈ ਪਿੱਟੂ ਤਬਾਰ ਦੇ ਪਿੰਡ ਦਾ ਲੋ ਮੇਰੇ ਮਿੱਤਰੋ ਸਰੋਵਰ ਦੇ ਪਿੰਡ ਦਾ ਗੱਭਰੂ ਤਬਾਰ ਦਾ ਰਿੰਕੂ ਰਿੰਕੂ ਅਹਿਮਦ ਨੇ ਇਸ ਵੇ ਜਫਾ ਲਾਇਆ ਅਹਿਮਦ ਨੇ ਇੱਕ ਜੋੜ ਦੇ ਨਾਲ ਜਫਾ ਲਾਇਆ ਪਹਿਲੀ ਰੇਡ ਤੇ ਕਲਾਣੀ ਸਾਹਿਬ ਮੈਚ ਦੇ ਤੇ ਆਉਣਗੇ ਲਾਜੀ ਪਾਕ ਪੰਜਾਬ ਆਲ ਇੰਡੀਆ ਪੰਜਾਬ ਦੀਆਂ ਟੀਮਾਂ ਦੇ ਦਰਮਿਆਨ
ਅੱਜ ਵਾਰਮ ਅਪ ਚੱਲਦਾ ਹੋਇਆ ਮੈਚ ਇਕਬਾਲ ਸਟੇਡੀਅਮ ਫੈਸਲਾਬਾਦ ਦੀ ਧਰਤੀ ਦੇ ਉੱਤੇ ਅੱਜ ਕਹਿੰਦੇ ਜੀਓ ਜੋਨਾ ਜੀ ਪਈ ਹੋਈ ਕੈਂਚੀ ਕਹਿੰਦੇ ਲੱਗੀ ਹੋਈ ਕੈਂਚੀ ਵਾਹ ਜੀ ਵਾਹ ਵਾਹ ਸਫ਼ਰ ਵਾਸਤੇ ਗੱਡੀ ਚੰਗੀ ਨਹੀਂ ਲੱਗੀ ਆ ਪਰ ਲੱਗੀ ਹੋਈ ਕੈਂਚੀ ਸਹਿਤਾ ਜੇ ਲੱਗੀ ਆ ਜੀਓ ਜੀ ਨੇ ਜੀ ਕਹਿੰਦੇ ਝੁੱਕੀ ਖੱਲ ਦੀ ਮਰੋੜਾ ਨਹੀਂ ਉਹ ਝੱਲ ਦੀ ਬੱਲੇ ਬੱਲੇ ਟੋਰ ਪੰਜਾਬਣ ਦੀ ਬੱਲੇ ਬੱਲੇ ਟੋਰ ਪੰਜਾਬਣ ਸਦਕੇ ਇੱਧਰ ਵੇਖਦੇ ਇੱਕ ਵਾਰੀ ਫਿਰ ਫੈਜ਼ਾਨ ਸੈਂਡਾ ਨੌਜਵਾਨ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਪਿਆ ਪਰ ਨਹੀਂ ਬਣਿਆ ਕਹਿੰਦਾ ਡੋਂਟ ਟੱਚ ਮੀ ਬਿਲਕੁਲ ਕਰੀਬ ਨਾ ਨੰਬਰ ਨਿੱਕੀ ਦਾ ਅਗਲੀ ਕਬੱਡੀ ਕੌਣ ਪਾਏਗਾ ਔਰ ਮੈਂ ਦੱਸਦਾ ਜਾਵਾਂ ਕਿ ਫਸੇ 7 ਤਰੀਕ ਨੂੰ ਹੁਣੇ ਤਸ਼ਰੀਫ ਲਿਆਏ ਮੁਹਤਰਮ ਜਨਾਬ ਕਰਨ ਸਕੁਆਡਰ ਅਮਾਨੁੱਲਾ ਖਾਨ ਸਾਹਿਬ ਟੀਮ ਦੇ ਆਪਣੇ ਸਰਬਰਾਹ ਨੇ ਮਿਲਦੇ ਨੇ ਪਾਕਿਸਤਾਨ ਏਅਰਫੋਰਸ ਦੀ ਟੀਮ ਦੇ ਜੀ ਮਲਿਕ ਸਾਹਿਬ ਹਾਂਜੀ ਪਰਸੋਂ 7 ਤਰੀਕ ਨੂੰ ਇੱਥੇ ਇੱਕ ਲੀਗ ਹੋਏਗੀ ਦੋ ਪਾਕਿਸਤਾਨ ਦੀਆਂ ਟੀਮਾਂ ਪਾਕਿਸਤਾਨ ਗ੍ਰੀਨ ਪਾਕਿਸਤਾਨ ਵਾਈਟ ਔਰ ਇਰਾਨ ਔਰ ਇੰਡੀਆ ਦੀਆਂ ਟੀਮਾਂ ਹੋਣਗੀਆਂ ਚੌਹਾਂ ਟੀਮਾਂ ਦੇ ਦਰਮਿਆਨ ਮੈਚ ਖੇਡੇ ਜਾਣਗੇ 7 ਤਰੀਕ ਨੂੰ ਫਿਰ ਇੱਕ ਵਾਰੀ ਵੱਡਾ ਮੇਲਾ ਨਾਲ ਜੁੜ ਚੜਿਆ ਪੰਜਾਬ ਕਬੱਡੀ ਐਸੋਸੀਏਸ਼ਨ ਪਾਕਿਸਤਾਨ ਕਬੱਡੀ ਫੈਡਰੇਸ਼ਨ ਪਾਕਿਸਤਾਨ ਔਰ ਡਿਵੀਜ਼ਨਲ ਸਪੋਰਟਸ ਕਮੇਟੀ ਆਦਰ ਵੇਖੋ ਜੀ ਬਲਾਲ ਅਸਲਮ ਨੇ ਕੈਚ ਕੀਤਾ ਇਸ ਸਾਈਆਂ ਦੇ ਰਸਤੇ ਟੱਕੇ ਇਸ ਕੁੰਡਿਆਲ ਨੇ ਮੰਗੇ ਤਕੜਾ ਦੇ ਕੀ ਸ਼ਾਨਾ ਕੋਈ ਵੀ ਇਹਦੀ ਬਾਤ ਨਹੀਂ ਲੱਗੇ ਹੱਥ ਬਲਾਲ ਦੇ ਲੋਹੇ ਦੇ ਪੰਜੇ ਜਿੱਥੇ ਰੱਖੇ ਕੱਸ ਕੇ ਤੇ ਹੱਥ ਬਲਾਲ ਦੇ ਲੋਹੇ ਦੇ ਪੰਜੇ ਜਿੱਥੇ ਰੱਖੇ ਕੱਸ ਕੇ ਜ਼ਿੰਦਾਬਾਦ ਨੰਬਰ ਬਲਾਲ ਅਸਲਮ ਗੇਂਦਾ ਅਗਲੀ ਕਬੱਡੀ ਪਾਉਣ ਵਾਸਤੇ ਤਾਹਰ ਗੁੱਜਰ ਇੱਕ ਵਾਰੀ ਫਿਰ ਗੁੱਜਰ ਦੀ ਪਾਈ ਹੋਈ ਕਬੱਡੀ ਪੱਟਾ ਨੇ ਮਾਰਦਾ ਹੋਇਆ ਥਾਪੀ ਉਹ ਲੱਗਾ ਕਪਤਾਨ ਦਾ ਹੋਈ ਟੱਕਰ ਇੱਕ ਲੱਗੇਗਾ ਪੱਟਾ ਕੀ ਉਹ ਸਾਡਾ ਨਾਲ ਦੇ ਰੱਬ ਦੀ ਗੱਲ ਕਰ ਸਕੇ ਬੱਲੇ ਜਾਵਾ ਨੌਜਵਾਨ ਤਾਹਰ ਗੁੱਜਰ ਇੱਕ ਵਾਰੀ ਫਿਰ ਪੱਟਾ ਉੱਪਰ ਜਾ ਪੱਟੇ ਬੱਲੇ 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 ਹੁੰਦੀ ਹੋਈ ਅੱਗੇ ਦੂਰ ਕਿਤੇ ਦੇ ਮੁੰਡੇ ਨੇ ਚੱਕਾ ਜਾਮ ਸਿੱਕੇ ਕੱਬੇ ਨੰਬਰ ਕਬੱਡਰ ਦਾ ਨੰਬਰ ਨਹੀਂ ਦੇ ਪੰਜਾਬ ਦਾ ਨੰਬਰ ਨਹੀਂ ਦੇ ਪੰਜਾਬ ਦਾ ਨੰਬਰ ਕਬੱਡਰ ਦਾ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਕਰੀ ਫਿਰ ਕਰੀ ਮੁਹੰਮਦ ਆਸਿਫ ਕੱਠਾ ਚੱਲ ਵੀ ਕੱਠਿਆ ਪਾ ਕਬੱਡੀ ਅੱਗੇ ਵੀ ਚਾਰ ਜੱਟ ਪੁੱਤ ਬਿਲਕੁਲ ਤਿਆਰ ਬਣ ਤਿਆਰ ਭਾਜੀ ਦੀਪਕ ਕਰੋਲੀ ਸਾਹਿਬ ਵਾਸਤੇ ਸਵਾਦ ਲੈ ਲਿਆ ਉਹਦਾ ਕਿ ਹਾਏ ਨੰਬਰ ਆਸਿਫ ਕੱਠੇ ਦਾ ਨੰਬਰ ਕਹਿੰਦੇ ਪੰਜਾਬ ਦਾ ਨੰਬਰ ਕਹਿੰਦੇ ਪੰਜਾਬ ਦਾ ਸਦਕੇ ਜਾਵਾਂ ਔਰ ਭਾਜੀ ਦੀਪਕ ਸਾਹਿਬ ਦੇ ਕਰੀ ਫਿਰ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਸ ਖੇਡ ਦਾ ਮਹੱਤਤਾ ਕੀਤੀਆਂ ਇਸ ਪੰਜਾਬ ਦੀ ਖੇਡ ਨੂੰ ਅਗਾਂਹ ਵਧਾਉਣ ਵਾਸਤੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਦਾ ਸਾਥ ਦਿੱਤਾ ਜ਼ਿੰਦਾਬਾਦ ਮੇਰੇ ਵੀਰ ਦੀਪਕ ਕਰੋਲੀ ਸਾਹਿਬ ਲੱਕੀ ਕਰੋਲੀ ਸਾਹਿਬ ਦੇ ਵੱਡੇ ਵੀਰ ਨੇ ਇਹਨਾਂ ਦੇ ਪਿਆਰ ਦਾ ਬਹੁਤ ਸ਼ੁਕਰੀਆ ਇਹਨਾਂ ਦੀ ਮਿਹਨਤ ਦਾ ਬਹੁਤ ਜ਼ਿਆਦਾ ਸ਼ੇਰ ਗੜੀਆਂ ਦਾ ਇਕੱਠਾ ਗੱਲ ਬਾਤ ਕੀ ਕਹਿੰਦਾ ਤੂੰ ਇਸ ਪੇ ਚੱਲ ਸ਼ੇਰ ਗੜੀਆਂ ਜ਼ਿੰਦਾਬਾਦ ਜੀ ਬਹੁਤ ਜ਼ਿੰਦਾਬਾਦ ਇਹਨਾਂ ਦੀ ਮੁਹੱਬਤ ਦਾ ਬਹੁਤ ਸ਼ੁਕਰੀਆ ਦੀਪਕ ਕਰੋਲੀ ਸਾਹਿਬ ਲੱਕੀ ਕਰੋਲੀ ਸਾਹਿਬ ਮੇਰੇ ਵੀਰ ਉਹਨਾਂ ਦੇ ਵੱਡੇ ਵੀਰ ਨੇ ਮੁਹਤਰਮ ਅਨਾਮੁੱਲਾ ਖਾਨ ਸਾਹਿਬ ਕਰਨਲ ਨਬੀਲ ਸਾਹਿਬ ਤੁਹਾਡੇ ਪਿਆਰ ਦਾ ਤੁਹਾਡੀਆਂ ਮੁਹੱਬਤਾਂ ਨੂੰ ਸਲਾਮ ਪੇਸ਼ ਕਰਦੇ ਹਾਂ ਇਸ ਖੇਡ ਦਾ ਜਿਹੜੇ ਨਾਂ ਨੇ ਚੱਲ ਰਮਜ਼ਾਨ ਕਮੌਣ ਸਾਹਿਬ ਇਹਨਾਂ ਦੀਆਂ ਮੁਹੱਬਤਾਂ ਨੂੰ ਸਲਾਮ ਪੇਸ਼ ਕਰਦੇ ਹਾਂ ਕਿ ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਇੱਕ ਇੱਕ ਰੁਕਨ ਦੀ ਕਾਵਸ਼ ਇਹ ਮੋਟੇ ਦਾ ਮੋਟਾ ਜੋੜਿਆ ਤੇ ਮੁਕਾਮ ਪੱਪਿਆ ਸਟੇਜ ਦੇ ਉੱਪਰ ਤਸ਼ਰੀਫ ਫਰਮਾ ਨੇ ਹਾਜੀ ਮੁਹੰਮਦ ਅਜਮਲ ਚੀਮਾ ਸਾਹਿਬ ਸਫਾਈ ਵਜ਼ੀਰ ਜਨਾਬ ਦੇ ਪਿਆਰ ਦਾ ਬਹੁਤ ਸ਼ੁਕਰੀਆ ਮੈਂ ਕਹਿੰਦਾ ਪਿਆਰ ਦੀ ਕਾਇਦੀਨ ਨੇ ਸਟੇਜ ਦੇ ਨਾਲ ਨੇ ਮੁਹਤਰਮ ਕੈਸਰ ਅਬਾਸ ਰਿੰਦ ਸਾਹਿਬ ਡਿਪਟੀ ਕਮਿਸ਼ਨਰ ਆਰਪੀਓ ਸਾਹਿਬ ਮੁਹੰਮਦ ਇਸ਼ਰਾਫ ਗੋਕਰ ਸਾਹਿਬ ਕਮਿਸ਼ਨਰ ਫੈਸਲਾਬਾਦ ਜਨਾਬ ਚੌਧਰੀ ਮੁਹੰਮਦ ਆਸਿਫ ਇਕਬਾਲ ਸਾਹਿਬ ਦੇ ਪਿਆਰ ਤੋਂ ਸਲਾਮ ਪੇਸ਼ ਕਰਦੇ ਆ ਇੱਧਰ ਪਈ ਕਬੱਡੀ ਉਹ ਲੱਗਾ ਮੁੰਡਾ ਅਹਿਮਦ ਹਾਫਲਾ ਵਾਦੀਆ ਇਹ ਬੱਲੇ ਬੱਲੇ ਭੇੜ ਸਾਦਾ ਦਾ ਧੱਕੇ ਵੱਜਦੇ ਪਏ ਨੇ ਨੰਬਰ ਕਬੱਡਰ ਦਾ ਨੰਬਰ ਕਬੱਡਰ ਦਾ ਕਬੱਡੀ ਪਾਏਗਾ ਖਾਲਦ ਮਹਿਮੂਦ ਅਸਤੈ ਅਗਲੀ ਕਬੱਡੀ ਪਾਉਣ ਵਾਸਤੇ ਚੱਲ ਪਈ ਖਾਲਦਾ ਪਾਕਿਸਤਾਨ ਏਅਰ ਫੋਰਸ ਔਰ ਸੂਈ ਕੈਸ ਦੇ ਆਏ ਬਗਲਾ ਭੰਦੀਆਂ ਗਈਆਂ ਸੁਖਨੇ ਅੰਦਰ ਮੈਨੂੰ ਮਾਹੀ ਮਿਲਿਆ ਤੇ ਮੈਂ ਗਲ ਵਿੱਚ ਪਾ ਲਈਆਂ ਬਾਹਾਂ ਕਰਦੀ ਮਾਰੀ ਅੱਖ ਨਾ ਖੋਲਾ ਕਿਤੇ ਫੇਰ ਵਿਛੜਨਾ ਜਾਵਾਂ ਕਿਤੇ ਫੇਰ ਵਿਛੜਨਾ ਜਾਵਾਂ ਬਗਲ ਭਰੀ ਮਾਰੀ ਹੋਈ ਕੈਂਚੀ ਕਹਿੰਦਾ ਮੈਂ ਤੇ ਮਾਈਆਂ ਇੰਚ ਮਿਲ ਗਏ ਜਿਵੇਂ ਟਿੱਚ ਬਟਣਾ ਦੀ ਜੋੜੀ ਜ਼ਿੰਦਾਬਾਦ ਜੀ ਸਮਝੋ ਜੀ ਖਾਨਟ ਪੁੱਟੇ ਨੂੰ ਜੱਫਾ ਹੋਇਆ ਅਗਲੀ ਕਬੱਡੀ ਫੇਰ ਜੀ ਆਪ ਜੀ ਸ਼ੇਰ ਗੜੀਏ ਨੂੰ ਇਸ ਮੈਚ ਚ ਲਵਾਉਣ ਦਿਓ ਹਾਜ਼ਰੀ ਅਗਲੇ ਮੈਚ ਇਨਸ਼ਾਅੱਲਾ ਤੁਹਾਡੇ ਨਾਲ
ਮੈਂ ਤੇ ਮਾਂ ਜੈਨ ਜੀ ਜੁੜ ਗਏ ਜਿਵੇਂ ਟਿੱਚ ਵਰਤੋਂ ਦੀ ਜੋੜੀ ਗਲਾਨੀ ਸਾਹਿਬ ਗੱਲਾਂ ਤੁਹਾਡੇ ਵੀ ਸਿਰੇ ਦੀਆਂ ਹੁੰਦੀਆਂ ਲਓ ਮੇਰੇ ਮਿੱਤਰੋ ਮੋਹਿਤ ਆ ਗਿਆ ਮੋਰ ਮਾਜਰੇ ਵਾਲਾ ਚੜ੍ਹਦੇ ਪੰਜਾਬ ਦੇ ਲਈ ਇੱਕ ਹੋਰ ਨੰਬਰ ਦਾ ਵਾਅਦਾ ਕਰ ਚੁੱਕਾ ਹੈ ਜਿਹੜੇ ਜਿਹੜੇ ਦਰਸ਼ਕ ਨੂੰ ਮੈਚ ਵਧੀਆ ਲੱਗਦਾ ਹੈ ਇੱਕ ਤਾੜੀ ਮਾਰੋ ਮੇਰੇ ਮਿੱਤਰੋ ਦਿਲੋਂ ਮੁਹੱਬਤ ਜੇ ਆਪਾਂ ਕਬੱਡੀ ਨੂੰ ਕਰਦੇ ਹਾਂ।